ਪਿੰਡ ਦੀ ਖੂਬਸੂਰਤੀ ਇਹ ਹੈ ਕਿ ਪਿੰਡ ਦੇ ਲੋਕ ਕਾਫੀ ਖੁਸ਼ ਨੇ, ਕਹਿ ਰਹੇ ਆ ਕਿ ਸਰਪੰਚ ਨੇ ਕੰਮ ਚੰਗੇ ਕਰਾਏ ਨੇ। ਜਾਂ ਤਾਂ ਇਹ ਵੀ ਹੋ ਸਕਦਾ ਕਿ ਸਰਪੰਚ ਸਾਹਿਬ ਖੁਦ ਇੱਥੇ ਬੈਠੇ ਨੇ, ਹੋ ਸਕਦਾ ਸਰਪੰਚ ਸਾਹਿਬ ਦੀ ਮਾੜੀ ਮੋਟੀ ਝੇਪ ਮੰਨਦੇ ਹੋ। ਆਪਾਂ ਗੱਲਬਾਤ ਪਹਿਲਾਂ ਸਰਪੰਚ ਸਾਹਿਬ ਨੇ ਕਰਿਆ, ਸਰਪੰਚ ਸਾਹਿਬ ਚੋਣਾਂ ਫੇਰ ਆ ਗਈਆਂ, 5 ਸਾਲ ਪਹਿਲਾਂ ਤੁਸੀਂ ਸਰਪੰਚੀ ਦਾ ਆਨੰਦ ਮਾਣਿਆ ਹੈਗਾ, ਚੋਣਾਂ ਫੇਰ ਆ ਗਈਆਂ, ਕਿਵੇਂ ਤਿਆਰੀ ਪਿੰਡ ਦਾ? ਬਹੁਤ ਬਹੁਤ ਧੰਨਵਾਦ ਜੀ ਨਿਊਜ਼ 18 ਦਾ ਕਿ ਤੁਸੀਂ ਸਾਡੇ ਪਿੰਡ ਵਿੱਚ ਕਵਰੇਜ ਕਰਨ ਆਏ ਹੋ। ਸੋ ਚੋਣਾਂ ਤਾਂ ਦੇਖੋ ਜੀ ਹਰ 5 ਸਾਲ ਬਾਅਦ ਹੋਈਆਂ ਰਹਿੰਦੀਆਂ। 5 ਸਾਲਾਂ ਦੇ ਵਿੱਚ ਜਿਹੜੇ ਨੁਮਿੰਦਾ ਆਇਆ ਹੁੰਦਾ ਉਹਨੇ ਆਪਣੇ ਕੰਮ ਜਿੰਨੀ ਉਹਦੀ ਹਿੰਮਤ ਹੁੰਦੀ ਆ ਤਣੋ ਮਨੋ ਕਰਿਆ ਹੁੰਦਾ। ਸੋ ਜਿਹੜਾ ਨਵਾਂ ਹੁਣ ਇਸ ਟਾਈਮ ਚੱਲ ਜਾਂਦਾ, ਜਿਹੜੇ ਕੋਈ ਰੋਸੇ ਗਿੱਲੇ ਹੁੰਦੇ ਆ ਪੁਰਾਣੇ ਸਰਪੰਚ ਨਾਲ, ਸੋ ਉਹ ਕਹਿੰਦਾ ਨਹੀਂ ਯਾਰ ਇਹਦਾ ਨਹੀਂ, ਆਪਾਂ ਨਵਾਂ ਕਰੋ ਕੋਈ ਨਵਾਂ। ਸੋ ਇਹ ਚੀਜ਼ਾਂ ਚੱਲਦੀਆਂ, ਸੋ ਇਹ ਚੱਲਣ ਲੱਗ ਜਾਣੀਆਂ ਅੱਜ ਜੇ ਕੋਈ ਇੱਕ ਅੱਧੇ ਦਿਨ ਚੋਣ ਜਾਬਤਾ ਲੱਗ ਜਾਂਦਾ। ਸੋ ਬਾਕੀ ਬਹੁਤ ਵਧੀਆ ਜੀ ਪਿੰਡ ਦੇ। ਸਵਾਲ ਲੋਕਾਂ ਤੋਂ ਲੈਂਦੇ ਹਾਂ, ਕਿਵੇਂ ਦੇਖਦੇ ਹੋ ਵੋਟਾਂ ਫੇਰ ਆ ਗਈਆਂ ਪਿੰਡਾਂ ਦੇ ਵਿੱਚ, ਜਿਵੇਂ ਸਰਪੰਚ ਬੈਠੇ ਆ ਹੁਣ ਜਿੰਨੇ ਉਮੀਦਵਾਰ ਆ ਕੇ ਫਿਰ ਹੱਥ ਬੰਨਣਗੇ ਲੋਕਾਂ ਕੋਲ ਕੇ ਵੋਟ ਪਾਓ? ਵੋਟ ਤਾਂ ਹੀ ਐਂ ਕਰਕੇ ਚੰਗੇ ਸਰਪੰਚ ਨੂੰ ਤਾਂ ਪੈਣਗੇ, ਜੇ ਉੱਠੂ ਤਾਂ ਕੋਈ ਚੰਗਾ। ਹੁਣ ਇਹ ਸੀ, ਇਹ ਚੰਗਾ ਕਿ ਮਾੜਾ? ਚੰਗਾ ਜੀ, ਬਹੁਤ ਵਧੀਆ ਕੰਮ ਕਰੇ। ਆਹ ਚੰਗੇ ਥਾਂ ਬੈਠੇ, ਕਿੱਥੇ ਇੱਥੇ ਬਹਿੰਦੇ ਸੀ ਕੁਰਸੀਆਂ ਤੇ, ਅਸੀਂ ਵਧੀਆ ਤਾਂ ਖੇਡਦੇ ਹਾਂ, ਵਧੀਆ ਰਾਈਸਾਂ ਕਰਦੇ ਹਾਂ ਬਾਈ। ਕੀ ਵਧੀਆ ਕੰਮ ਨੇ ਕਿਹੜੇ ਪਿੰਡ ਦੇ ਵਿੱਚ ਹੋਏ ਨੇ, ਦੂਜੇ ਪਿੰਡਾਂ ਨਾਲੋਂ ਵੱਖਰੇ ਹੋਣ? ਆਮ 5-7 ਤਰ੍ਹਾਂ ਦੇ ਕੰਮ ਹੁੰਦੇ ਪਿੰਡ, ਸਾਰੇ ਕੰਮ ਹੋਏ? ਸਾਰੇ ਕੰਮ ਹੋਏ ਆ ਵੀਰੇ, ਜਿੱਥੇ ਹੁਣ ਆਪਾਂ ਬੈਠੇ ਹਾਂ ਖੜੇ ਹਾਂ, ਇੱਥੇ ਨਾ ਕੋਈ ਬੰਦੇ ਨੇ ਤਾਂ ਕੀ ਵੜਨਾ, ਜਾਨਵਰ ਵੀ ਨਹੀਂ ਵੜਦਾ ਸੀ, ਇੰਨਾ ਇਹ ਥਾਂ ਗੰਦਾ ਸੀ। ਇਹਦੀ ਪਹਿਲਾਂ ਵਾਲੀਆਂ ਫੋਟੋ ਵੇਖ ਲਓ, ਇਹ ਡਿੱਗਣ ਵਾਲੀ ਧਰਮਸ਼ਾਲਾ ਸੀ। ਇਹ ਜੋ ਕਿਸ ਕੀਤਾ ਇਹ ਸਰਪੰਚ ਸਾਹਿਬ ਨੇ ਕੀਤਾ, ਜੋ ਇਹਨੇ ਪਾਰਕ ਬਣਾਇਆ ਇਹਨੇ ਆਪਦੀ ਸੋਚ 'ਤੇ ਬਣਾਇਆ, ਮੇਰੇ ਪਿੰਡ ਦੇ ਵਿੱਚ ਪਾਰਕ ਕਾਫੀ ਬਣ ਚੁੱਕੀ ਹੈ, ਜੋ ਕੰਮ ਕੀਤਾ ਬਹੁਤ ਸੋਹਣਾ ਕੀਤਾ। ਕੀ ਲੱਗਦਾ ਬਾਈ ਹੋਰ ਕੰਮ ਕਿਹੜਾ ਹੋਣਾ ਚਾਹੀਦਾ ਸੀ, ਜਿਵੇਂ ਸੀਚੇਵਾਲ ਮਾਡਲ ਕਹਿ ਰਹੇ ਆ ਕਿ ਉਹ ਛੱਪੜ ਨੂੰ ਸਰਪੰਚ ਸਾਹਿਬ ਬਣਾਉਣਾ ਸੀਗਾ, ਹੋਰ ਕਿਹੜੇ ਕਿਹੜੇ ਕੰਮ ਸੀ ਕਿਹੜੇ ਲੱਗਦਾ ਵੀ ਹੋਣੇ ਚਾਹੀਦੇ ਸੀ? ਕੰਮ ਦਾ ਗੱਲ ਇਹ ਹੈ ਜੀ ਵੀ ਥੋੜ੍ਹਾ ਜਿਹਾ ਸਾਡਾ ਛੱਪੜ ਮਨੀ ਜਾਣਦੇ ਘੱਟ ਰੁਝਾਨ ਹੈ, ਅਸੀਂ ਗਏ ਨਹੀਂ ਉੱਧਰ ਕਦੇ, ਆਪਣਾ ਘਰ ਇੱਧਰ ਸ਼ਾਇਡ 'ਤੇ ਰਹਿ ਜਾਂਦਾ ਵੀ ਜਿਹੜਾ ਇੱਧਰਲੀ ਸ਼ਾਇਡ ਕੰਮ ਕੀਤਾ ਇਹ ਬਹੁਤ ਸੋਹਣਾ ਕੀਤਾ, ਊਂ ਤਾਂ ਇਹਨੇ ਸਾਰੇ ਪਿੰਡ 'ਚ ਹੀ ਕੀਤਾ। ਹਾਂ ਇਹ ਨਹੀਂ ਗੱਲ ਵੀ ਕੋਈ ਕੰਮ ਰਹਿ ਗਿਆ, ਉਹ ਜੇ ਚਲੋ ਫਿਰ ਵੀ ਕੋਈ ਮਾੜਾ ਮੋਟਾ ਰਹਿ ਗਿਆ ਵੀ ਭਾਈ ਆਉਣ ਵਾਲਾ ਸਰਪੰਚ ਸਾਹਿਬ ਕਰ ਦੂਗਾ। ਬਾਈ ਹੋਰ ਕੀ ਕੰਮ ਲੱਗਦੇ ਨੇ ਕਿਹੜੇ ਹੋਣੇ ਚਾਹੀਦੇ ਨੇ ਪਿੰਡਾਂ ਦੇ ਕੰਮ, ਤੁਸੀਂ ਵੀ ਦੱਸ ਦਿਓ ਕੀ ਲੱਗਦਾ? ਠੀਕ ਹੈ ਜੀ, ਵਧੀਆ ਕੰਮ ਸਰਪੰਚ ਸਾਹਿਬ ਦੱਸ ਕੇ ਹਟਿਆ ਜੀ। ਇੱਕ ਤਾਂ ਉਹ ਜਿਹੜੀ ਰੋਡ ਬਣ ਜੇ 3-4 ਪਿੰਡਾਂ ਨੂੰ, ਸੁਖੋ ਜੇ ਭਾਗੂ ਨੂੰ, ਫੂਸ ਮੰਡੀ ਨੂੰ, ਤੁੰਗ ਵਾਲੀ ਨੂੰ, ਵੱਡੀ ਰੋਡ ਤੇ ਚੜ ਜੇ ਉਹ ਰਸਤਾ ਕਢਾਇਆ, ਮਿਹਨਤ ਕਰਕੇ, ਮਿਹਨਤ ਇਹਦੀ ਪੱਲੇ ਪੈਜੂ। ਮੁੱਖ ਮੰਤਰੀ ਕਹਿੰਦਾ ਕਿ ਵੋਟਾਂ ਨਾਲੋਂ ਸਰਬਸੰਮਤੀ ਕਰ ਲਓ, ਲੋਕਾਂ ਦਾ ਵੀ ਫਾਇਦਾ, ਕਲੇਸ਼ ਵੀ ਨਹੀਂ ਹੋਣਾ, ਤੇ ਸਰਕਾਰ ਕਹਿੰਦੀ ਅਸੀਂ ਵੀ ਮਦਦ ਕਰਾਂਗੇ। ਹੋ ਜੇ ਤਾਂ ਬਾਹਲੀ ਵਧੀਆ ਗੱਲ ਹੈ ਜੀ, ਨਾਲੇ ਪੈਸੇ ਮਿਲਣ ਗਵਰਨਮੈਂਟ ਤੋਂ, ਪਰ ਪਿੰਡਾਂ 'ਚ ਨਹੀਂ ਕੋਈ ਲਾਤਾ, ਇੱਧਰ ਖੇਡਦਾ ਕੋਈ ਇੱਧਰ ਖੇਡਦਾ। ਪਿੰਡਾਂ 'ਚ ਸਰਪੰਚੀ ਚੋਣਾਂ ਤੇ ਲੜਾਈਆਂ ਹੁੰਦੀਆਂ, ਦੁਸ਼ਮਣੀਆਂ ਪੈ ਜਾਂਦੀਆਂ ਕਹਿੰਦੇ? ਇਹ ਤਾਂ ਪੈ ਤਾਂ ਜਾਂਦੀਆਂ ਜੀ, ਸਾਡੇ ਪਿੰਡ ਇਹੋ ਜਿਹਾ ਹੈ ਨਹੀਂ, ਜਿਵੇਂ ਹੁਣ ਦੋ ਸਰਪੰਚ ਉੱਠ ਖੜੇ ਐਂ ਨਹੀਂ ਅੱਡੋ ਇਕੱਠੇ ਬੈਠਣਗੇ ਉਹ। ਬਾਈ ਕੀ ਮਾਹੌਲ ਹੈ, ਵੋਟਾਂ ਫਿਰ ਦੁਬਾਰੇ ਆ ਗਈਆਂ, ਮਾਹੌਲ ਕੀ ਹੈ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ? ਠੀਕ ਹੈ ਜੀ, ਸਾਡੇ ਤਾਂ ਠੀਕ ਹੈ ਜੀ, ਵਧੀਆ। ਅੱਛਾ, ਬਾਕੀ ਸਾਰਾ ਪਿੰਡ 'ਚ ਵਧੀਆ? ਅਮਨ ਪਾਸੇ ਵੀ ਦੇਖੋ ਕਿ ਤਾਸ਼ ਖੇਡ ਰਹੇ ਆ, ਖੂਬਸੂਰਤੀ ਹੁੰਦੀ ਹੈ ਪਿੰਡਾਂ ਦੀ ਜਦੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਇੱਕ ਨਰੋਏ ਪੰਜਾਬ ਦੀ ਤਸਵੀਰ ਹੈ, ਇੱਕ ਪੁਰਾਣੀ ਝਲਕ ਹੈ ਲੋਕਾਂ ਦੀ ਕਿ ਲੋਕ ਅਕਸਰ ਸੱਥਾਂ ਦੇ ਵਿੱਚ ਬੈਠ ਕੇ ਇਸ ਤਰ੍ਹਾਂ ਤਾਸ਼ ਖੇਡਦੇ ਸੀ, ਬਜ਼ੁਰਗ ਨਜ਼ਰ ਆ ਰਹੇ ਨੇ, ਇਹਨਾਂ ਦਾ ਵੀ ਕਾਫੀ ਤਜਰਬਾ ਹੁੰਦਾ ਵੋਟਾਂ ਨੂੰ ਲੈ ਕੇ। ਆਪਾਂ ਗੱਲਬਾਤ ਬਾਪੂ ਹੋਰਾਂ ਨਾਲ ਕਰਦੇ ਹਾਂ। ਬਾਪੂ ਵੋਟਾਂ ਫੇਰ ਆ ਗਈਆਂ, ਕੀ ਲੱਗਦਾ ਕੀ ਮਾਹੌਲ ਹੈ ਪਿੰਡ ਦੇ ਵਿੱਚ ਵੋਟਾਂ ਨੂੰ ਲੈ ਕੇ? ਠੀਕ ਹੈ, ਵਧੀਆ ਬਈ, ਵਧੀਆ। ਠੀਕ ਹੈ। ਅੱਛਾ, ਠੀਕ ਹੈ, ਮਾੜਾ ਕਿਉਂ? ਪਹਿਲੇ ਸਰਪੰਚ ਦੇ ਕੰਮਕਾਜ ਕੀਤੇ ਨੇ ਜਾਂ ਕਿਹੜੇ ਕਿਹੜੇ ਕੰਮ ਨੇ ਜਿਹੜੇ ਨਹੀਂ ਹੋਏ, ਹੋਣੇ ਚਾਹੀਦੇ ਸੀ? ਚੱਲੇ ਜਾਂਦਾ ਜੀ, ਚੰਗੇ ਚੰਗਾ ਜਿਹੜਾ ਕੰਮ ਹੋ ਜਾਓ ਉਹੀ ਵਧੀਆ। ਅੱਛਾ, ਠੀਕ ਹੈ ਜੀ। ਬਾਈ ਕੀ ਲੱਗਦਾ ਕਿਹੜੇ ਪਿੰਡ ਦੇ ਵਿੱਚ ਕੰਮ ਕੀ ਲੱਗਦਾ ਕਿਹੜੇ ਹੋਣੇ ਚਾਹੀਦੇ?
ਬਾਈ ਤੇ ਸ਼ਰਾਰਾ ਗੱਲ ਕਰਨ ਦਾ ਮੈਂਬਰ ਸਾਹਿਬ ਕੀ ਲੱਗਦਾ ਕਿਹੜੇ ਕੰਮ ਹੈ ਜਿਹੜੇ ਉਹ ਹੋਣੇ ਚਾਹੀਦੇ ਸੀ ਪਿੰਡ ਦੇ ਵਿੱਚ ਜਾਂ ਤੁਸੀਂ ਆਪਦੀ ਟਰਮ ਦੇ ਵਿੱਚ ਨਹੀਂ ਕਰ ਸਕੇ ਕਿਹੜੇ ਕੰਮ ਹੈਗੇ ਇੱਧਰ ਮੈਂਬਰ ਸਾਹਿਬ ਨਾ ਕਰੋ ਜੀ ਤੁਸੀਂ ਵੀ ਦੱਸ ਦਿਓ ਕਿਹੜੇ ਕੰਮ ਹੋਣੇ ਚਾਹੀਦੇ ਸੀਗੇ ਕੰਮ ਸਾਰੇ ਬਹੁਤ ਵਧੀਆ ਹੋਏ ਜੀ ਸਾਡੇ ਸਰਪੰਚ ਨੇ ਬਹੁਤ ਵਧੀਆ ਕੰਮ ਕਰਿਆ ਇੱਥੇ ਅੱਗੇ ਕੋਈ ਬੰਦਾ ਨਹੀਂ ਖੜਦਾ ਸੀ ਆ ਕੇ ਇੱਥੇ ਹੁਣ ਠੰਡਾ ਪਾਣੀ ਪੀਂਦੇ ਹਾਂ ਵਧੀਆ ਇੱਥੇ ਬਹਿੰਦੇ ਹਾਂ ਏਸੀ 'ਚ ਬਹੁਤ ਵਧੀਆ ਮੌਜ ਬਣੀ ਹੈ ਪੰਜ ਸਾਲ ਤੋਂ ਸਵਾਲ ਤਾਂ ਮੈਂ ਮੈਂਬਰ ਦੇ ਭੁਲੇਖੇ ਨਾਲ ਕੀਤਾ ਸੀ ਤੁਹਾਨੂੰ ਪਰ ਮੈਂਬਰ ਇੱਧਰ ਬੈਠਾ ਮੇਰੇ ਕੋਲ ਹਾਂਜੀ ਨਹੀਂ ਕਰ ਵਧੀਆ ਕੰਮ ਹੋਇਆ ਜੀ ਬਸ ਗਲੀਆਂ ਰਹਿ ਗਈਆਂ ਇੱਕ ਦੋ ਅੱਛਾ ਵੀ ਜਿਹੜਾ ਹੁਣ ਨਹੀਂ ਹੁੰਦੇ ਤਕਰੀਬਨ ਸਾਰੇ ਕੰਮ ਜਿੰਨੇ ਸਾਰੇ ਆਪਾਂ ਕਹਿ ਦਈਏ ਹਾਂ ਵੀ ਉਹ ਗਲੀਆਂ ਹੀ ਰਹਿ ਗਈਆਂ ਬਸ ਹੋਰ ਤਾਂ ਕੰਮ ਸਾਰੇ ਹੋਏ ਆ ਅੱਛਾ ਕੀ ਹੈ ਜਿਹੜਾ ਕੰਮ ਲੱਗਦਾ ਸੀ ਵੀ ਮੈਂਬਰ ਅਸੀਂ ਨਹੀਂ ਕਰਾ ਸਕੇ ਇਸ ਵਾਰ ਅਗਲੀਆਂ ਵੋਟਾਂ 'ਚ ਕਰਾ ਦਈਏ ਹੁਣ ਨਵਾਂ ਸਰਪੰਚ ਕਰਾ ਦਈਏ ਕਿਹੜਾ ਕੰਮ ਹੈ ਜੀ ਵੇਖੋ ਜੀ ਕੰਮ ਦਾ ਮਾੜਾ ਮੋਟਾ ਤਾਂ ਚੱਲੀ ਜਾਂਦਾ ਵੀ ਜਿਵੇਂ ਹੁਣ ਇੱਕ ਦੋ ਗਲੀਆਂ ਰਹਿ ਗਈਆਂ ਕੋਈ ਆਪਣੇ ਬਾਰਡਰ ਬਾਕਸ ਦੇ ਪਾਣੀ ਦੇ ਫਿਲਟਰ ਫੁਟਲੇ ਸਾਫ਼ ਕਰਨਾ ਰਹਿ ਗਏ ਇਹ ਜਿਹਾ ਕੁਛ ਰਹੇਗਾ ਬਾਕੀ ਹੋਰ ਕੰਮ ਸਾਰੇ ਹੋ ਗਏ ਅੱਛਾ ਸਰਕਾਰ ਕਹਿੰਦੀ ਹੈ ਕਿ ਸਰਬਸੰਮਤੀ ਵਾਲੇ ਪਾਸੇ ਜ਼ੋਰ ਲਾ ਕੇ ਦੇਖੋ ਸਰਬਸੰਮਤੀ ਪਿੰਡਾਂ 'ਚ ਹੋ ਜੇ ਪਿੰਡਾਂ 'ਚ ਲੜਾਈ ਨਾ ਹੋਵੇ ਸਰਕਾਰ ਕਹਿੰਦੀ ਅਸੀਂ ਪੰਚਾਇਤਾਂ ਨੂੰ ਵੀ ਵੱਖਰਾ ਵੰਡ ਦੇਵਾਂਗੇ ਕਦੇ ਸੋਚਿਆ ਵੀ ਸਰਬਸੰਮਤੀ ਪਿੰਡਾਂ 'ਚ ਹੋ ਜਾਏਗੀ ਤੁਹਾਡੇ ਪਿੰਡਾਂ 'ਚ ਵੇਖੋ ਚਾਹੁੰਦੇ ਤਾਂ ਹੈਗੇ ਹਾਂ ਅੱਗੇ ਹੁਣ ਤੁਹਾਨੂੰ ਪਤਾ ਨਹੀਂ ਹੁੰਦੀ ਨਹੀਂ ਇੱਕਾ ਬੰਦਾ ਸਭ ਦਾ ਹਾਂ ਕੋਈ ਬੰਦੇ ਨੂੰ ਦਿਲੋਂ ਚਾਹ ਬਣਾਉਂਦੀ ਜਿਵੇਂ ਆਪਣੇ ਚਾਰ ਬੰਦੇ ਆ ਉਹਨੂੰ ਆਉਂਦਾ ਮੈਂ ਬਣਾ ਉਹਨੂੰ ਆਉਂਦਾ ਮੈਂ ਬਣਾ ਵੀ ਉਹ ਸਰਬਸੰਮਤੀ ਹੋ ਜਾ ਤਾਂ ਕਹਿ ਨਹੀਂ ਸਕਦੇ ਪਰ ਮੁਸ਼ਕਲ ਆ ਇਹ ਪੰਚਾਇਤ ਮੈਂਬਰ ਨੇ ਦੱਸ ਰਹੇ ਆ ਕਿ ਕਿਸ ਤਰ੍ਹਾਂ ਦੇ ਕੰਮਕਾਜ ਹੋਏ ਨੇ ਇਹ ਧਰਮਸ਼ਾਲਾ ਕਿਸੇ ਉਦਾਹਰਨ ਦੇ ਰਹੇ ਆ ਕਿ ਅਸੀਂ ਕੰਮਕਾਜ ਪਿੰਡਾਂ 'ਚ ਕੀਤੇ ਨੇ ਆਪਾਂ ਇਸ ਪਾਸੇ ਫਿਰ ਚੱਲਦੇ ਹਾਂ ਕਿੱਧਰ ਕਾਫੀ ਲੋਕ ਬੈਠੇ ਨੇ ਔਰ ਇਹਨਾਂ ਤੋਂ ਵਾਰ ਵਾਰ ਪੁੱਛਦੇ ਆ ਡਾਕਟਰ ਕਿਵੇਂ ਦੇਖਦੇ ਹੋ ਪੰਚਾਇਤੀ ਚੋਣਾਂ ਫਿਰ ਆ ਗਈਆਂ ਮਾਹੌਲ ਕੀ ਹੈ ਪਹਿਲਾਂ ਪਿੰਡ 'ਚ ਮਾਹੌਲ ਸਾਡੇ ਤਾਂ ਬਹੁਤ ਵਧੀਆ ਸਦਾ ਹੀ ਇਹ ਰਹਿੰਦਾ ਬਹੁਤ ਵਧੀਆ ਸ਼ਾਂਤਮਈ ਮਾਹੌਲ ਰਹਿੰਦਾ ਗਾ ਕੋਈ ਦਿੱਕਤ ਨਹੀਂ ਜਿੰਨਾ ਵੀ ਹੈਗਾ ਭਾਈਚਾਰਕ ਸਾਂਝ ਆ ਕੋਈ ਇੱਥੇ ਸਾਡੇ ਪਿੰਡ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਵੀ ਕਿਸੇ ਦੁਸ਼ਮਣੀਆਂ ਨਹੀਂ ਦੋ ਚੰਗੇ ਕੰਮ ਦੱਸੋ ਜਿਹੜੇ ਪਿੰਡ 'ਚ ਹੋਏ ਆ ਅਤੇ ਦੋ ਕੰਮ ਉਹ ਦੱਸੋ ਜਿਹੜੇ ਨਹੀਂ ਹੋਏ ਹੋਣੇ ਚਾਹੀਦੇ ਸੀ ਨਹੀਂ ਕੰਮ ਦੇਖੋ ਵਧੀਆ ਤਕਰੀਬਨ ਹੋਏ ਹੈਗੇ ਜਿਵੇਂ ਧਰਮਸ਼ਾਲਾ ਦਾ ਪਾਰਕਾਂ ਬਣੀਆਂ ਠੀਕ ਆ ਸਾਡੇ ਜਿਹੜੇ ਕੰਮ ਰਹਿੰਦੇ ਆ ਜਿਵੇਂ ਪਾਣੀ ਦੀ ਸਮੱਸਿਆ ਸਾਡੇ ਹੈਗੀ ਹੈ ਉਹਦਾ ਇਹ ਸਰਪੰਚ ਸਾਹਿਬ ਨੂੰ ਚਲੋ ਗ੍ਰਾਂਟ ਦੇ ਹਿਸਾਬ ਨਾਲ ਜਿੰਨਾ ਵੀ ਸਿਸਟਮ ਹੋਇਆ ਉਹ ਜਿਹਾ ਇਹਨੇ ਕੰਮ ਕਰਿਆ ਜਿੰਨੀ ਵੀ ਗ੍ਰਾਂਟ ਆਈ ਆ ਆਪਾਂ ਨਹੀਂ ਕਹਿੰਦੇ ਵੀ ਕਿਸੇ ਦਾ ਵੀ ਜੇ ਆਪਦੇ ਹੱਦੋਂ ਵੱਧ ਜਾ ਕੇ ਕਰਜ਼ਾ ਚੱਕ ਕੇ ਕਰੂਗਾ ਤਾਂ ਕੋਈ ਸਰਪੰਚ ਨਹੀਂ ਕਰ ਸਕਦਾ ਪੰਜਾਬ ਦੇ ਵਿੱਚੋਂ ਹੀ ਠੀਕ ਆ ਸਰਪੰਚ ਦਾ ਐਲੀਗੇਸ਼ਨ ਇਹੀ ਲੱਗਦਾ ਕਿ ਆਪਦੀ ਗਲੀ ਬਣਾ ਲਈ ਆਪਦੇ ਖੇਤ ਨੂੰ ਪਈ ਪੱਕੀ ਕਰ ਲਈ ਉਸ ਤਰ੍ਹਾਂ ਦਾ ਨਹੀਂ ਕੀਤਾ ਸਰਪੰਚ ਨਹੀਂ ਯਾਰ ਇਹ ਜੀ ਤਾਂ ਦੇਖੋ ਜਿੰਨਾ ਕਿ ਇਹਨੇ ਕਰਿਆ ਗਾ ਆਪਦੇ ਸਿਸਟਮ ਨਾਲ ਸਾਬਕਾ ਫੌਜੀ ਹੈਗੇ ਜਿੰਨਾ ਕਰਿਆ ਨੇ ਆਪਦੇ ਸਿਸਟਮ ਨਾਲ ਵਧੀਆ ਹੀ ਕਰਿਆ ਗਾ ਇਹ ਨਹੀਂ ਕਹਿੰਦੇ ਵੀ ਕੋਲੇ ਬੈਠੇ ਸਾਨੂੰ ਕਿਸੇ ਦੀ ਝੇਫ ਆ ਜਾਂ ਇੰਨਾ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਸਾਡੇ ਪੀਣ ਵਾਲੇ ਪਾਣੀ ਦੀ ਸਮੱਸਿਆ ਹਜੇ ਵੀ ਹੈਗੀ ਆ ਉਹ ਜਿਉਂਦੀ ਤੈਂਓ ਆ ਉਹ ਕੋਈ ਵੀ ਬਣੇ ਅਗਲਾ ਬਣੂਗਾ ਤਾਂ ਉਹਨੂੰ ਅਸੀਂ ਬੇਨਤੀ ਕਰਦੇ ਭਰਾਵਾ ਪਹਿਲਾਂ ਪਾਣੀ ਪੀਣ ਵਾਲੇ ਦਾ ਸਮੱਸਿਆ ਦਾ ਹੱਲ ਕਰਦੇ ਕੀ ਲੱਗਦਾ ਨਵਾਂ ਸਰਪੰਚ ਕਿਉਂ ਜਾਵੇ ਹਾਲਾਂਕਿ ਪਹਿਲੇ ਸਰਪੰਚ ਨੇ ਚੰਗੇ ਕੰਮ ਕੀਤੇ ਨੇ ਲੋਕ ਮੂੰਹ ਤੇ ਕਹਿ ਰਹੇ ਆ ਕੁਝ ਕਮੀਆਂ ਰਹਿ ਗਈਆਂ ਹੋਣਗੀਆਂ ਕਮੀਆਂ ਤਾਂ ਹਰੇਕ 'ਚ ਰਹਿ ਜਾਂਦੀਆਂ ਨੇ ਨਵੇਂ ਸਰਪੰਚ ਤੋਂ ਉਮੀਦਾਂ ਕੀ ਕਰਦੇ ਹੋ ਨਹੀਂ ਨਵੇਂ ਤੋਂ ਬਸ ਇਹੀ ਕਰਦੇ ਵੀ ਜਿਹੜੇ ਕੰਮ ਇਹਨਾਂ ਤੋਂ ਰਹਿੰਦੇ ਆ ਇਹਨਾਂ ਨਾਲ ਰਾਏ ਮਸ਼ਵਰਾ ਕਰਕੇ ਵੀ ਕਿਹੜੇ ਕਿਹੜੇ ਪੈਂਡੀਆਂ ਪਹਿਲ ਉਹਨੂੰ ਕੋ ਦੇਵੇ ਠੀਕ ਆ ਕਿਤੇ ਉਹ ਗੱਲ ਨਾ ਹੋਵੇ ਵੀ ਪੁਰਾਣੇ ਨੂੰ ਪਹਿਲਾਂ ਚੰਗਾ ਕਹਾ ਜੇ ਉਹ ਸਿਰੇ ਹੀ ਆ ਜੇ ਕੰਮ ਹੈ ਇਹ ਗੱਲ ਆ ਗਈ ਹੈ ਵੀ ਹੁਣ ਇਹ ਵਧੀਆ ਕਰੇ ਤੇ ਉਹ ਇਹ ਤੋਂ ਘਟੀਆ ਆ ਜੇ ਉਹ ਇਹਨੂੰ ਚੰਗਾ ਕਹਾ ਜੇ ਇਹ ਨਹੀਂ ਹੈਗਾ ਵਧੀਆ ਕਰੇ ਜਿਹੜਾ ਵੀ ਆਵੇ ਬਾਈ ਪੰਚਾਇਤੀ ਚੋਣਾਂ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਬਾਈ ਹੋਰ ਨਾਲ ਗੱਲ ਹੋ ਗਈ ਮੇਰੀ ਕਿਵੇਂ ਦੇਖਦੇ ਹੋ ਪੰਚਾਇਤੀ ਚੋਣਾਂ ਨੂੰ ਕਿ ਕਿਸ ਤਰ੍ਹਾਂ ਦੀਆਂ ਚੋਣਾਂ ਹੋਣ ਕਿ ਪਿੰਡ 'ਚ ਭਾਈਚਾਰਾ ਵੀ ਕੈਮਰਾ ਹੋਵੇ ਤੇ ਡਿਵੈਲਪਮੈਂਟ ਵੀ ਪਿੰਡ ਦੀ ਹੋਵੇ ਨਹੀਂ ਇਸ ਪਿੰਡ 'ਚ ਭਾਈਚਾਰਾ ਬਹੁਤ ਵਧੀਆ ਹੈਗਾ ਜੀ ਸਭ ਦੀ ਸਾਂਝ ਹੈਗੀ ਹੈ ਕੋਈ ਲਗਾਈ ਚੰਗਾ ਨਹੀਂ ਕੁਛ ਨਹੀਂ ਹੈਗਾ ਬਾਕੀ ਸਰਪੰਚ ਸਾਹਿਬ ਨੇ ਪਿੰਡ 'ਚ ਬਹੁਤ ਵਧੀਆ ਕੰਮ ਕੀਤੇ ਹੈ ਬਾਕੀ ਪਿੰਡ ਮੈਨੂੰ ਇੰਨਾ ਵਧੀਆ ਲੱਗਿਆ ਮੈਂ ਬਾਹਰੋਂ ਇੱਥੇ ਸ਼ੋਪ ਕਰਦਾ ਬਿਜ਼ਨਸ ਹੈ ਮੇਰਾ ਜਵੈਲਰੀ ਸ਼ੋਪ ਹੈਗੀ ਹੈ ਬਹੁਤ ਹੀ ਵਧੀਆ ਸਾਗਾ ਧਰਮਸ਼ਾਲਾ ਬਹੁਤ ਵਧੀਆ ਬਣਾਈ ਹੈਗੀ ਹੈ ਪਾਣੀ ਦਾ ਆਰ ਓ ਦਾ ਬਹੁਤ ਵਧੀਆ ਸਿਸਟਮ ਕੀਤਾ ਬਾਕੀ ਅੰਡਰਗਰਾਊਂਡ ਪੁਲ ਦੇ ਨਾਲ ਰਸਤਾ ਕੱਢਿਆ ਹੈਗਾ ਸਰਪੰਚ ਸਾਹਿਬ ਨੇ ਆਪਦੀਆਂ ਜ਼ਮੀਨਾਂ ਦੇ ਕੇ ਉਹ ਠੀਕ ਹੈ ਵੀ ਸਰਕਾਰ ਉਹਨੂੰ ਪੱਕਾ ਕਰੇ ਅੰਡਰਗਰਾਊਂਡ ਪੁਲ 'ਚ ਜਦੋਂ ਪਾਣੀ ਭਰ ਜਾਂਦਾ ਹੈਗਾ ਉਸ ਤੋਂ ਆਉਣਾ ਜਾਣਾ ਬਹੁਤ ਜ਼ਿਆਦਾ ਸੌਖਾ ਹੋ ਜੂਗਾ ਸਾਰੇ ਪਿੰਡਾਂ ਨੂੰ
ਜਿਹੜੀ ਪ੍ਰੋਬਲਮ ਦੀ ਗੱਲ ਕੀਤੀ, ਹਾਲਾਂਕਿ ਸ਼ਹਿਰ ਨਾਲ ਰਿਲੇਟਡ ਹੈ, ਪਰ ਤੁਹਾਡੇ ਪਿੰਡ ਨੂੰ ਲੰਘਣ ਦਾ ਰਸਤਾ ਉਹੀ ਹੈ, ਉਹ ਮੁਸ਼ਕਿਲ ਕਿੰਨੀ ਹੈ ਜਦੋਂ ਪਾਣੀ ਭਰ ਜਾਂਦਾ ਹੈ? ਮੇਰੇ ਖਿਆਲ 'ਚ ਟਰੈਕਟਰ ਟਰਾਲੀਆਂ ਜਾਂ ਬੱਸਾਂ ਨਿਕਲਦੀਆਂ ਨਹੀਂ ਉਹ ਪੁਲ ਦੇ ਥੱਲੇ, ਦਿੱਕਤਾਂ ਕਿੰਨੀਆਂ ਸਰਪੰਚ? ਜਦੋਂ ਜੀ ਪਾਣੀ ਭਰ ਜਾਂਦਾ ਉਦੋਂ ਸਾਡੇ ਪਿੰਡਾਂ ਤੋਂ ਟਰੈਕਟਰ ਕੱਢ ਕੇ ਆਉਂਦੇ ਆ, ਜਿਹੜੇ ਵਿੱਚ ਬੰਦ ਹੋ ਜਾਂਦੀਆਂ, ਬੰਪਰ ਟੁੱਟਦੇ ਆ, ਕਾਫੀ ਲੋਕਾਂ ਦਾ ਨੁਕਸਾਨ ਹੁੰਦਾ। ਸੋ ਜੇ ਕਿਤੇ ਉਹ ਬਣਦਾ ਤਾਂ ਉਹਦੇ ਨਾਲ ਜਿੰਨਾ ਮਾਨਸਾ ਰੋਡ ਹੈ ਉਹਨੂੰ ਵੀ ਫਾਇਦਾ ਹੈ, ਕਿਉਂਕਿ ਇੱਧਰਲੇ ਟਰੈਕ ਤੋਂ ਚੜ੍ਹ ਕੇ ਦੁਬਾਰਾ ਸਾਡੇ ਫਾਟਕ ਕੋਲ ਦੀ ਮਾਨਸਾ ਰੋਡ ਜੱਸੀ ਚੌਂਕ 'ਤੇ ਚੜ੍ਹ ਸਕਦੇ ਹੋ। ਅਤੇ ਬਾਕੀ ਜਿਹੜੀ ਪਾਣੀ ਦੀ ਗੱਲ ਹੈ, ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਪਾਣੀ ਸਾਡੇ ਫਿਲਟਰ ਵਗੈਰਾ ਸਾਫ਼ ਹੋ ਕੇ ਫਿਲਟਰ ਦੇ ਥਰੂ ਆਉਣ ਕਰਕੇ ਕੀ ਹੈ ਵੀ ਕੋਈ ਬਾਲ ਨਹੀਂ ਲਾਉਂਦਾ, ਹਰ ਘਰ ਮੋਟਰ ਲੱਗੀ ਹੋਈ ਹੈ। ਸੋ ਜਦੋਂ ਤੱਕ ਜਿਹੜੇ ਲਾਸਟ ਵਾਲੇ ਘਰ ਹੈ ਉਹ ਫਿਰ ਜੇ ਤਾਂ ਉਹ ਉੱਨਾ ਕੁ ਬਰਤਨ ਜਿੰਨਾ ਕੁ ਬਰਤਨ ਹੈ ਫਿਰ ਤਾਂ ਠੀਕ ਹੈ, ਲੋਕ ਉਹਦੇ 'ਤੇ ਸਬਜ਼ੀਆਂ ਲਾ ਲੈਂਦੇ ਹੈ, ਉਹ 'ਚ ਪਾਣੀ ਸ਼ਰੇਆਮ ਗਲੀਆਂ 'ਚ ਆਈ ਜਾਂਦਾ, ਇਸ ਕਰਕੇ ਪਾਣੀ ਅੱਗੇ ਪਹੁੰਚਣ 'ਚ ਫਿਰ ਜੇ ਉਹਨੂੰ ਫਿਲਟਰ ਕਰਾਂਗੇ ਤਾਂ ਕਿਉਂ ਕਿ ਟਾਈਮ ਲੱਗਦਾ, ਟਾਈਮ ਲੱਗ ਕੇ ਉਹ ਭਰਦੀ ਹੈ ਟੈਂਕੀ। ਅੱਛਾ, ਸਰਕਾਰਾਂ ਵੱਲੋਂ ਸਪੋਰਟ ਮਿਲਦੀ ਹੈ? ਕਿਉਂਕਿ ਕੀ ਹੁੰਦਾ ਵੀ ਹੁਣ ਸਟੇਟ ਦੀਆਂ ਚੋਣਾਂ ਹੋਰ 2 ਸਾਲ ਬਾਅਦ ਹੋ ਜਾਣਗੀਆਂ, ਆਮ ਆਦਮੀ ਪਾਰਟੀ 2 ਸਾਲ ਕਰੀਬ ਰਹਿ ਜੂਗੀ, ਨਵੀਂ ਸਰਕਾਰ ਆ ਗਈ ਨੇ, ਕਈ ਵਾਰੀ ਸਰਪੰਚ ਹੋਰ ਪਾਰਟੀ ਦੇ ਹੁੰਦੇ ਨੇ, ਹੋਰ ਸਰਕਾਰ ਚੁਣੀ ਹੁੰਦੀ, ਸਰਕਾਰ ਚੇਂਜ ਹੋ ਜਾਂਦੀ ਹੈ, ਇਹ ਦਿੱਕਤ ਕਿੰਨੀ ਆਉਂਦੀ ਹੈ ਸਰਪੰਚਾਂ ਨੂੰ? ਇਹਦਾ ਕੁਛ ਹੱਦ ਤੱਕ ਦੇਖੋ ਪ੍ਰਸ਼ਾਸਨ ਦੇ ਨਾਲ ਚੱਲਦੇ ਹਾਂ ਤਾਂ ਪ੍ਰਸ਼ਾਸਨ ਜਿਹੜੇ ਕੰਮ ਹੈਗੇ ਆ ਹੁੰਦੇ ਆ ਉਹ ਚੀਜ਼ਾਂ ਦਾ ਵਾਲਾ ਨਹੀਂ, ਬਾਕੀ ਤੁਹਾਡਾ ਹੈ ਕੋਈ ਤੁਸੀਂ ਕਹੋ ਵੀ ਜੇ ਇਹਨਾਂ ਚੀਜ਼ਾਂ 'ਤੇ ਕੋਈ ਵਾਲਾ। ਬਿਲਕੁਲ, ਪਿੰਡ ਦੇ ਵਿੱਚ ਗੱਲ ਕਰ ਰਿਹਾ ਪਿੰਡ ਦੇ ਤਮਾਮ ਲੋਕ ਨੇ, ਪਿੰਡ ਦੇ ਸਰਪੰਚ ਸੀ, ਪੰਚਾਇਤੀ ਚੋਣਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਔਰ ਤੁਹਾਨੂੰ ਦਿਖਾ ਰਹੇ ਸੀ ਕਿ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਔਰ ਪੰਚਾਇਤੀ ਚੋਣਾਂ ਨੂੰ ਲੈ ਕੇ ਕਿੰਨਾ ਲੋਕ ਤਿਆਰ ਨੇ।